ਵੀਡੀਓ ਵੇਖ ਰਹੇ ਸਾਰੇ ਕੈਂਡੀਡੇਟਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹੈਗੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਵੱਲੋਂ ਕੁਛ ਨਵੀਆਂ ਅਪਡੇਟਸ ਜਿਹੜੀਆਂ ਨੇ ਜਾਰੀ ਹੋ ਚੁੱਕੀਆਂ ਨੇ। ਇਹ ਅਪਡੇਟ ਜਿਹੜੀ ਹੈ ਕਿਹਨਾਂ ਕੈਂਡੀਡੇਟਸ ਦੇ ਵਾਸਤੇ ਆਈ ਹੈ ਪੂਰੀ ਜਾਣਕਾਰੀ ਜਿਹੜੀ ਹੈ ਇਸ ਵੀਡੀਓ ਵਿੱਚ ਦੇਣ ਜਾ ਰਹੇ ਹਾਂ। ਕੈਂਡੀਡੇਟਸ, ਤੁਹਾਨੂੰ ਇੱਕ ਰਿਕੁਐਸਟ ਹੈ ਕਿ ਜੇਕਰ ਤੁਸੀਂ ਐਨਟੀਟੀ ਕੀਤੀ ਹੋਈ ਹੈ ਜਾਂ ਬੀਐਡ ਕੀਤੀ ਹੋਈ ਹੈ ਜਾਂ ਫਿਰ ਤੁਸੀਂ ਬੀਏ ਕੀਤੀ ਹੈ, ਈਟੀਟੀ ਕੀਤੀ ਹੋਈ ਹੈ, ਕੋਈ ਵੀ ਤੁਸੀਂ ਪੰਜਾਬ ਸਕੂਲ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਤੋਂ ਕਿਸੇ ਵੀ ਤਰ੍ਹਾਂ ਦੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕੋਈ ਵੀ ਇਹਨਾਂ ਕੋਰਸਿਸ ਤੋਂ ਵਿੱਚੋਂ ਕੋਈ ਇੱਕ ਕੋਰਸਿਸ ਜੇਕਰ ਤੁਸੀਂ ਕੀਤਾ ਹੋਇਆ ਤਾਂ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਤੁਸੀਂ ਸਾਡੇ ਚੈਨਲ ਨਾਲ ਜੁੜੇ ਰਹੋ, ਕਿਉਂਕਿ ਅਸੀਂ ਇਸ ਚੈਨਲ 'ਤੇ ਅਕਸਰ ਹੀ ਪੰਜਾਬ ਸਕੂਲ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਵੱਲੋਂ ਜਿੰਨੀਆਂ ਵੀ ਵੱਡੀਆਂ ਅਪਡੇਟਸ ਆਉਂਦੀਆਂ ਨੇ ਉਹਦੇ ਰਿਲੇਟਡ ਅਸੀਂ ਇਸ ਚੈਨਲ 'ਤੇ ਜਾਣਕਾਰੀ ਜਿਹੜੀ ਅਪਲੋਡ ਕਰਦੇ ਰਹਿੰਦੇ ਹਾਂ। ਸੋ ਅੱਜ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹੈਗੇ ਹਾਂ ਬਹੁਤ ਸਾਰੇ ਕੈਂਡੀਡੇਟਸ ਨੇ ਜਿਹੜੇ ਸਾਡੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਅਤੇ ਸਾਡੇ ਵਟਸਐਪ 'ਤੇ ਗਰੁੱਪਾਂ ਦੇ ਵਿੱਚ SMS ਕੀਤੇ ਸੀ ਕਿ ਸਾਨੂੰ ਦੱਸਿਆ ਜਾਵੇ ਕਿ ETT ਦੀਆਂ ਜਿਹੜੀਆਂ 2364 ਪੋਸਟਾਂ ਸੀ ਉਹਦੀ ਜਿਹੜੀ ਅਗਲੀ ਅਪਡੇਟਸ ਹੈਗੀ ਆ ਉਹ ਕਿਸ ਤਰੀਕ ਨੂੰ ਜਿਹੜੀ ਆ ਆ ਜਾਵੇਗੀ। ਸੋ ਤੁਹਾਨੂੰ ਦੱਸ ਦਈਏ ਕਿ ਕੈਂਡੀਡੇਟਸ ਜਿਹੜੀ ਨਵੀਂ ਅਪਡੇਟ ਜਿਹੜੀ ਆ ETT ਦੀ 2364 ਪੋਸਟਾਂ ਦੀ ਉਹ ਤੁਹਾਨੂੰ ਦੱਸ ਦਈਏ ਕਿ 15 ਅਗਸਤ 2024 ਨੂੰ ਜਿਹੜੀ ਆ ਪੂਰੇ ਪੰਜਾਬ ਦੇ ਵਿੱਚ ਪੰਜਾਬ ਸਕੂਲ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਵੱਲੋਂ ਜਿਹੜੀ ਆ ਘੋਸ਼ਿਤ ਕੀਤੀ ਜਾ ਰਹੀ ਆ। ਸਰਕਾਰੀ ਸੂਤਰਾਂ ਦੇ ਵੱਲੋਂ ਮਿਲੀ ਜਾਣਕਾਰੀ ਦੇ ਵਿੱਚ ਤੁਹਾਨੂੰ ਦੱਸ ਦਿੱਤਾ ਹੈਗਾ 15 ਅਗਸਤ 2024 ਨੂੰ ETT 2364 ਪੋਸਟਾਂ 'ਤੇ ਇੱਕ ਵੱਡੀ ਅਪਡੇਟ ਜਿਹੜੀ ਆ ਆਵੇਗੀ। ਧੰਨਵਾਦ।